ਪਟਿਆਲਾ ਦੇ ਪਿੰਡ ਰਖੜਾ ਦੇ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਦੌਰਾਨ ਇੱਕ ਟਰੈਕਟਰ ਟਰਾਲੀ ਅਤੇ ਇੱਕ ਕਾਰ ਦੀ ਦਰਦਨਾਕ ਟੱਕਰ ਹੋ ਗਈ ਹੈ ਜਿਸ ਕਾਰਨ ਇੱਕ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਉੱਥੇ ਮੌਕੇ ਤੇ ਪਹੁੰਚੀ ਪੁਲਿਸ ਸੜਕੀ ਹਾਦਸੇ ਦੀ ਵਜ੍ਹਾ ਜਾਣ ਰਹੀ ਹੈ ਹਲਦਰ ਸੰਜੀਵ ਕੁਮਾਰ ਚੌਂਕੀ ਸੈਕਸ਼ਨ ਕਲੱਬ ਪਟਿਆਲਾ ਜੀ ਇਹ ਜਿਹੜਾ ਐਕਸੀਡੈਂਟ ਹੋਇਆ ਇਹਦੇ ਬਾਰੇ ਦੱਸੋਗੇ ਇਹਦੇ ਬਾਰੇ ਜੀ ਸਾਨੂੰ ਸਵੇਰ ਦੇ ਟਾਈਮ ਅਮਰ ਹਸਪਤਾਲ ਪਟਿਆਲਾ ਤੋਂ ਇਤਲਾਹ ਆਈ ਸੀ ਜਿਸ ਸੰਬੰਧੀ ਅਸੀਂ ਮੌਕੇ ਪਰ ਪੁੱਜਿਆ ਅਤੇ ਇੱਥੇ ਇੱਕ ਲੜਕੇ ਦੀ ਮੌਤ ਹੋ ਗਈ ਹੈ ਜੋ ਕੁੱਲੇ ਮਾਜਰੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਦੂਸਰਾ ਲੜਕਾ ਜੇਰੇ ਇਲਾਜ ਕੇਂਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਹੈ ਜਿਹਦੇ ਬਿਆਨ ਲੈ ਕੇ ਅਗਲੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਜੀ ਕਾਹਦਾ ਕਾਹਦਾ ਹੋਇਆ ਐਕਸੀਡੈਂਟ ਇੱਕ ਸਵਿਫਟ ਡਿਜ਼ਾਇਰ ਗੱਡੀ ਅਤੇ ਟਰਾਲੀ ਦਾ ਹੋਇਆ ਜੀ ਅੱਛਾ ਨੌਜਵਾਨ ਦੀ ਕੋਈ ਉਮਰ ਦਾ ਪਤਾ ਕਿੰਨੇ ਗਿਆ ਉਮਰ ਨੌਜਵਾਨ ਹੀ ਦੱਸ ਰਹੇ ਨੇ ਜੀ ਹਲੇ ਬਾਕੀ ਕਲੀਅਰ ਨਹੀਂ ਹੋਇਆ ਹੈਗਾ ਇਸ ਬਾਰੇ ਪਟਿਆਲਾ ਤੋਂ ਕੁਲਵਿੰਦਰ ਘੁੰਮਣ ਦੀ ਰਿਪੋਰਟ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री 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 मियां रफीक मोहम्मद मोबाइल 84374 94648 84374 94648 देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।